ਅਵਾਰਾ ਕੁੱਤਿਆਂ ਤੋਂ ਕੌਣ ਕੌਣ ਪਰੇਸ਼ਾਨ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਤਾਂ ਕਿ ਸੁੱਤੀ ਹੋਈ ਮਿਊਂਸੀਪਲ ਕਾਰਪੋਰੇਸ਼ਨ ਅਤੇ ਤੁਹਾਡੇ ਇਲਾਕਿਆਂ ਦੀ ਨਗਰ ਨਿਗਮ ਜਾਗ ਉੱਠੇ ਅਤੇ ਇਹਨਾਂ ਦਾ ਹੱਲ ਕੀਤਾ ਜਾਵੇ। ਤਸਵੀਰ ਦਿਖਾ ਰਹੇ ਹਾਂ ਤੁਹਾਨੂੰ ਇੱਕ ਘੁੰਡ ਵਾਲੀ ਔਰਤ ਦੀ ਜਿਸਦੇ ਹੱਥ 'ਚ ਪਲੇਟ ਫੜੀ ਹੋਈ ਹੈ, ਦੂਜੇ ਹੱਥ 'ਚ ਉਸਦੇ ਆਪਣੇ ਬੱਚੇ ਦਾ ਹੱਥ ਥਾਮਿਆ ਹੋਇਆ ਹੈ। ਪਿੱਛਿਓਂ ਅਚਾਨਕ ਗੱਡੀ ਦੇ ਥੱਲੇ ਬੈਠਿਆ ਇਹ ਪਾਗਲ ਕੁੱਤਾ ਉਹਨਾਂ 'ਤੇ ਅਟੈਕ ਕਰ ਦਿੰਦਾ ਹੈ। ਪਿੱਛਿਓਂ ਜਦ ਅਟੈਕ ਕਰਦਾ ਹੈ ਤਾਂ ਮਹਿਲਾ ਘਬਰਾ ਜਾਂਦੀ ਹੈ, ਉਸਦੇ ਹੱਥੋਂ ਥਾਲੀ ਹੇਠਾਂ ਡਿੱਗ ਜਾਂਦੀ ਹੈ ਜਿਸ ਕਰਕੇ ਕੁੱਤਾ ਵੀ ਡਰ ਗਿਆ ਅਤੇ ਉਸਨੇ ਔਰਤ ਦਾ ਪੈਰ ਛੱਡ ਦਿੱਤਾ। ਤੁਹਾਨੂੰ ਦੱਸ ਦਈਏ ਕਿ ਗੱਡੀ ਥੱਲੇ ਬੈਠੇ ਇਸ ਕੁੱਤੇ ਨੇ ਔਰਤ 'ਤੇ ਅਚਾਨਕ ਅਟੈਕ ਕੀਤਾ ਅਤੇ ਉਸਦੇ ਪੈਰ ਦਾ ਮਾਸ ਨਾਲੋਂ ਲਾ ਕੇ ਲੈ ਗਿਆ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਗ੍ਰੇਟਰ ਨੋਇਡਾ ਦੀ, ਜਿੱਥੇ ਸੈਕਟਰ ਬੀਟਾ 1 ਦੇ ਵਿੱਚ ਇੱਕ ਮਹਿਲਾ ਅਤੇ ਬੱਚਾ ਜੋ ਕਿ ਆਪਣੇ ਘਰ ਵਾਪਸ ਪਰਤ ਰਹੇ ਹੁੰਦੇ ਨੇ ਉਹਨਾਂ 'ਤੇ ਪਾਗਲ ਕੁੱਤਾ ਅਟੈਕ ਕਰ ਦਿੰਦਾ ਹੈ। ਦੇਖ ਹੀ ਸਕਦੇ ਹੋ ਨਾ ਹੀ ਮਹਿਲਾ ਨੇ ਕੋਈ ਹਰਕਤ ਕੀਤੀ ਅਤੇ ਨਾ ਹੀ ਉਸ ਬੱਚੇ ਦੇ ਵੱਲੋਂ ਕੁਝ ਕੀਤਾ ਗਿਆ ਕਿ ਕੁੱਤੇ ਦਾ ਇੰਝ ਰਿਐਕਸ਼ਨ ਆਇਆ। ਦੇਖ ਹੀ ਸਕਦੇ ਹੋ ਆਰਾਮ ਦੇ ਨਾਲ ਮਹਿਲਾ ਜਾ ਰਹੀ ਹੁੰਦੀ ਹੈ, ਕੁੱਤਾ ਗੱਡੀ ਥੱਲੋਂ ਨਿਕਲਦਾ ਹੈ ਅਤੇ ਮਹਿਲਾ 'ਤੇ ਅਟੈਕ ਕਰ ਦਿੰਦਾ ਹੈ। ਅਤੇ ਜੇਕਰ ਇਹ ਛੋਟੇ ਬੱਚੇ 'ਤੇ ਅਟੈਕ ਕਰਦਾ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬੱਚੇ ਦਾ ਹਾਲ ਕੀ ਹੋਣਾ ਸੀ। ਦੱਸ ਦਈਏ ਕਿ ਪੀੜਿਤ ਮਹਿਲਾ ਦਾ ਨਾਂ ਕਵਿਤਾ ਹੈ ਅਤੇ ਉਸਦਾ ਬੱਚਾ ਕਿਤੇ ਬਾਹਰ ਗਿਆ ਹੋਇਆ ਸੀ, ਉਸਨੂੰ ਲੈ ਕੇ ਉਹ ਘਰ ਵਾਪਸ ਆ ਰਹੀ ਸੀ ਤਾਂ ਰਾਹ ਦੇ ਵਿੱਚ ਇਸ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਕਵਿਤਾ ਚਾਹੁੰਦੀ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਜਿੰਨੇ ਵੀ ਅਵਾਰਾ ਕੁੱਤੇ ਨੇ ਉਹਨਾਂ ਦਾ ਹੱਲ ਕੱਢਿਆ ਜਾਵੇ। ਕੀ ਕਵਿਤਾ ਦੇ ਵਾਂਗ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਜਿਹੜੇ ਅਵਾਰਾ ਕੁੱਤੇ ਨੇ ਤੁਹਾਡੇ ਬੱਚਿਆਂ ਦੇ ਲਈ ਤੁਹਾਡੇ ਲਈ ਖਤਰਾ ਬਣੇ ਹੋਏ ਨੇ, ਜੋ ਉਹਨਾਂ ਦਾ ਹੱਲ ਕੱਢਿਆ ਜਾਵੇ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਅਵਾਰਾ ਕੁੱਤਿਆਂ ਤੋਂ ਕੌਣ ਕੌਣ ਪਰੇਸ਼ਾਨ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਤਾਂ ਕਿ ਸੁੱਤੀ ਹੋਈ ਮਿਊਂਸੀਪਲ ਕਾਰਪੋਰੇਸ਼ਨ ਅਤੇ ਤੁਹਾਡੇ ਇਲਾਕਿਆਂ ਦੀ ਨਗਰ ਨਿਗਮ ਜਾਗ ਉੱਠੇ ਅਤੇ ਇਹਨਾਂ ਦਾ ਹੱਲ ਕੀਤਾ ਜਾਵੇ। ਤਸਵੀਰ ਦਿਖਾ ਰਹੇ ਹਾਂ ਤੁਹਾਨੂੰ ਇੱਕ ਘੁੰਡ ਵਾਲੀ ਔਰਤ ਦੀ ਜਿਸਦੇ ਹੱਥ 'ਚ ਪਲੇਟ ਫੜੀ ਹੋਈ ਹੈ, ਦੂਜੇ ਹੱਥ 'ਚ ਉਸਦੇ ਆਪਣੇ ਬੱਚੇ ਦਾ ਹੱਥ ਥਾਮਿਆ ਹੋਇਆ ਹੈ। ਪਿੱਛਿਓਂ ਅਚਾਨਕ ਗੱਡੀ ਦੇ ਥੱਲੇ ਬੈਠਿਆ ਇਹ ਪਾਗਲ ਕੁੱਤਾ ਉਹਨਾਂ 'ਤੇ ਅਟੈਕ ਕਰ ਦਿੰਦਾ ਹੈ। ਪਿੱਛਿਓਂ ਜਦ ਅਟੈਕ ਕਰਦਾ ਹੈ ਤਾਂ ਮਹਿਲਾ ਘਬਰਾ ਜਾਂਦੀ ਹੈ, ਉਸਦੇ ਹੱਥੋਂ ਥਾਲੀ ਹੇਠਾਂ ਡਿੱਗ ਜਾਂਦੀ ਹੈ ਜਿਸ ਕਰਕੇ ਕੁੱਤਾ ਵੀ ਡਰ ਗਿਆ ਅਤੇ ਉਸਨੇ ਔਰਤ ਦਾ ਪੈਰ ਛੱਡ ਦਿੱਤਾ। ਤੁਹਾਨੂੰ ਦੱਸ ਦਈਏ ਕਿ ਗੱਡੀ ਥੱਲੇ ਬੈਠੇ ਇਸ ਕੁੱਤੇ ਨੇ ਔਰਤ 'ਤੇ ਅਚਾਨਕ ਅਟੈਕ ਕੀਤਾ ਅਤੇ ਉਸਦੇ ਪੈਰ ਦਾ ਮਾਸ ਨਾਲੋਂ ਲਾ ਕੇ ਲੈ ਗਿਆ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਗ੍ਰੇਟਰ ਨੋਇਡਾ ਦੀ, ਜਿੱਥੇ ਸੈਕਟਰ ਬੀਟਾ 1 ਦੇ ਵਿੱਚ ਇੱਕ ਮਹਿਲਾ ਅਤੇ ਬੱਚਾ ਜੋ ਕਿ ਆਪਣੇ ਘਰ ਵਾਪਸ ਪਰਤ ਰਹੇ ਹੁੰਦੇ ਨੇ ਉਹਨਾਂ 'ਤੇ ਪਾਗਲ ਕੁੱਤਾ ਅਟੈਕ ਕਰ ਦਿੰਦਾ ਹੈ। ਦੇਖ ਹੀ ਸਕਦੇ ਹੋ ਨਾ ਹੀ ਮਹਿਲਾ ਨੇ ਕੋਈ ਹਰਕਤ ਕੀਤੀ ਅਤੇ ਨਾ ਹੀ ਉਸ ਬੱਚੇ ਦੇ ਵੱਲੋਂ ਕੁਝ ਕੀਤਾ ਗਿਆ ਕਿ ਕੁੱਤੇ ਦਾ ਇੰਝ ਰਿਐਕਸ਼ਨ ਆਇਆ। ਦੇਖ ਹੀ ਸਕਦੇ ਹੋ ਆਰਾਮ ਦੇ ਨਾਲ ਮਹਿਲਾ ਜਾ ਰਹੀ ਹੁੰਦੀ ਹੈ, ਕੁੱਤਾ ਗੱਡੀ ਥੱਲੋਂ ਨਿਕਲਦਾ ਹੈ ਅਤੇ ਮਹਿਲਾ 'ਤੇ ਅਟੈਕ ਕਰ ਦਿੰਦਾ ਹੈ। ਅਤੇ ਜੇਕਰ ਇਹ ਛੋਟੇ ਬੱਚੇ 'ਤੇ ਅਟੈਕ ਕਰਦਾ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬੱਚੇ ਦਾ ਹਾਲ ਕੀ ਹੋਣਾ ਸੀ। ਦੱਸ ਦਈਏ ਕਿ ਪੀੜਿਤ ਮਹਿਲਾ ਦਾ ਨਾਂ ਕਵਿਤਾ ਹੈ ਅਤੇ ਉਸਦਾ ਬੱਚਾ ਕਿਤੇ ਬਾਹਰ ਗਿਆ ਹੋਇਆ ਸੀ, ਉਸਨੂੰ ਲੈ ਕੇ ਉਹ ਘਰ ਵਾਪਸ ਆ ਰਹੀ ਸੀ ਤਾਂ ਰਾਹ ਦੇ ਵਿੱਚ ਇਸ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਕਵਿਤਾ ਚਾਹੁੰਦੀ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਜਿੰਨੇ ਵੀ ਅਵਾਰਾ ਕੁੱਤੇ ਨੇ ਉਹਨਾਂ ਦਾ ਹੱਲ ਕੱਢਿਆ ਜਾਵੇ। ਕੀ ਕਵਿਤਾ ਦੇ ਵਾਂਗ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਜਿਹੜੇ ਅਵਾਰਾ ਕੁੱਤੇ ਨੇ
ਤੁਹਾਡੇ ਬੱਚਿਆਂ ਦੇ ਲਈ, ਤੁਹਾਡੇ ਲਈ ਖਤਰਾ ਬਣੇ ਹੋਏ ਨੇ ਜੋ ਉਹਨਾਂ ਦਾ ਹੱਲ ਕੱਢਿਆ ਜਾਵੇ। ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ।